ਜਵਾਬ ਦਿਓ। ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਚੰਡੀਗੜ੍ਹ ਚੱਲੇ ਸੀਗੇ 21 ਅਗਸਤ 2023 ਨੂੰ। ਅੱਛਾ, ਮੇਰੇ ਘਰ ਪੁਲਿਸ ਗਈ, ਇਹਨਾਂ ਦੇ ਵੀ ਗਈ, ਪੰਧੇਰ ਨੂੰ ਚੱਕ ਲਿਆ। 300 ਬੰਦਾ ਸਾਡਾ ਪੰਜਾਬ ਪੁਲਿਸ ਨੇ ਚੱਕਿਆ, ਮੰਤਰੀ ਸਾਹਿਬ ਨੂੰ ਇਸ ਗੱਲ ਦਾ ਨੀ ਪਤਾ। ਗੱਲ ਤਾਂ ਸੁਣੋ ਨੇਤਾ ਜੀ, ਗੱਲ ਤਾਂ ਸੁਣੋ, ਜੇ ਟੋਲ ਪਲਾਜ਼ੇ ਬੰਦ ਰਹੇ, ਜੇ ਤੁਸੀਂ ਉੱਥੇ ਧਰਨੇ ਦਿੱਤੇ, ਆਪਣਾ ਪ੍ਰੋਟੈਸਟ ਕੀਤਾ, ਕਿਸੇ ਨੇ ਕਿਹਾ ਕੁਛ? ਜਦੋਂ ਮਤਲਬ ਮੈਂ ਆਪ ਮਾਰਚ ਹੋਰ ਤੇ ਗਏ ਨੀ ਆਪਾਂ, ਮਤਲਬ ਮੈਨੂੰ ਫਰਵਰੀ ਦੇ ਵਿੱਚ ਮੈਨੂੰ ਪਤਾ ਕਿ 140 ਕਿ 145 ਰਹਿ ਗਏ। ਸੁਣੋ ਉਹ ਵੀ ਸ਼ੁਭ ਕਰਨ ਸਿੰਘ ਦੀ ਮੌਤ ਹੁੰਦੀ ਆ 21 ਫਰਵਰੀ ਨੂੰ, ਅੱਜ ਲਗਭਗ ਕੋਈ 3 ਮਹੀਨੇ ਹੁਣ ਆ ਗਏ। ਪਹਿਲਾਂ ਤੇ ਜ਼ੋਰ ਦੇ ਨਾਲ ਯੁੱਧ ਦੇ ਨਾਲ ਉਹਦਾ ਕੇਸ ਦਰਜ ਕਰਵਾਇਆ ਆਪਾਂ, ਉਹ ਵੀ 0 FIR ਕੀਤੀ। ਚਲੋ 0 ਕੀਤੀ ਸਹੀ, ਹੁਣ ਇਹ ਸਮਝਾਓ ਵੀ 3 ਮਹੀਨੇ ਹੋ ਗਏ ਆ FIR ਕੀਤੀ ਨੂੰ, ਉਹਦੇ ਵਿੱਚ ਕੀ ਪ੍ਰੋਗਰੈਸ ਕੀਤੀ ਆ ਹੁਣ ਤੱਕ ਉਹਦਾ ਦੱਸ ਦਿਓ ਅਪਡੇਟ। 21 ਤਰੀਕ ਜਿਹਨਾਂ ਕੇਸਾਂ ਦੀ ਤਫਤੀਸ਼ ਚੱਲਦੀ ਹੁੰਦੀ ਆ, ਕੀ ਉਹਨਾਂ ਕੇਸਾਂ ਦੀ ਤਫਤੀਸ਼ ਰੁਕ ਜਾਂਦੀ ਆ ਘੋੜਾ ਕੰਡਕਟ ਦੇ ਵਿੱਚ? ਨਹੀਂ ਨਾ ਰੁਕਦੀ। ਫਿਰ ਇਹ ਕਿੱਦਾਂ ਕਿਉਂ ਰੁਕ ਗਈ ਆ ਬਈ? ਬਿਲਕੁਲ, ਅਸੀਂ ਕਹਿੰਦੇ ਹੁਣ ਤੱਕ ਇੱਕ ਮਿੰਟ, ਗੁਰਦਾਸਪੁਰ ਸਾਡਾ ਇੱਕ ਪੁਲਿਸ ਵਾਲਾ ਭਰਾ ਸ਼ਹੀਦ ਹੋਇਆ ਅੰਮ੍ਰਿਤਪਾਲ, ਗੁਰਦਾਸਪੁਰ ਗੈਂਗਸਟਰਾਂ ਨੇ ਕਤਲ ਕੀਤਾ ਉਹਦਾ, 24 ਘੰਟਿਆਂ 'ਚ ਪੁਲਿਸ ਨੇ ਉਹ ਗੈਂਗਸਟਰ ਲੱਭ ਕੇ ਅਤੇ ਉਹਨੇ ਕਰਤੇ ਕੰਮ ਕਰਤਾ 24 ਘੰਟਿਆਂ 'ਚ। ਇੱਥੇ ਤਾਂ 24 ਘੰਟੇ ਕੀ 24 ਦਿਨ ਕੀ, ਇੱਥੇ 3 ਮਹੀਨੇ ਨਿਕਲ ਗਏ, ਹਾਲੇ ਤੱਕ ਸ਼ੁਭ ਕਰਨ ਦਾ ਬਣਿਆ ਕੁਛ ਨਹੀਂ। 21 ਤਰੀਕ ਨੂੰ 3 ਮਹੀਨੇ ਕੰਪਲੀਟ ਹੋ ਜਾਣਾ, 21 ਤਰੀਕ ਨੂੰ 3 ਮਹੀਨੇ ਕੰਪਲੀਟ ਹੋਣਾ ਹੈ ਜੀ। ਸਵਾਲ ਦਾ ਇਹਦਾ ਜਵਾਬ ਤੁਹਾਡੇ ਕੋਲ ਹੈਗਾ ਜਾਂ ਨਹੀਂ? ਅਗਲੇ ਭਾਵ ਅਗਲੇ ਸਵਾਲ ਤੇ ਚੱਲ ਜੀ। ਨਹੀਂ ਦੇਖੋ ਜੀ, ਉਹ ਦੇਖੋ ਜੋ ਅਸੀਂ ਕਰ ਲਿਆ, ਖੜ ਜਾਓ। ਅਗਲੀ ਚੀਜ਼ ਅਸੀਂ ਕਹਿੰਦੇ ਹਾਂ ਕਿ ਵੇਖੋ BJP ਦੀ ਸਰਕਾਰ ਆ ਉੱਥੇ ਆਪਣੇ 'ਚ, ਆਪਣੇ ਸੈਂਟਰ 'ਚ BJP ਦੀ ਹਰਿਆਣੇ 'ਚ। ਅਸੀਂ ਨਹੀਂ ਕਹਿੰਦੇ ਵੀ ਉਹਦੇ ਵਿੱਚ ਤੁਸੀਂ ਜਾ ਕੇ ਵੀ ਉਹ ਤੁਹਾਡੇ ਜਿਹੜੇ ਉਹਨਾਂ ਨੇ ਰਾਹ ਰੋਕੇ ਆ, ਠੀਕ, ਤੁਸੀਂ ਉਹਦੇ ਵਿੱਚ ਕਰ ਤਾਂ ਕੁਛ ਨਹੀਂ ਸਕਦੇ, ਤੁਸੀਂ ਪੰਜਾਬ ਪੁਲਿਸ ਭੇਜ ਕੇ ਉਹ ਢਵਾ ਨਹੀਂ ਸਕਦੇ। ਪਰ ਦੱਸੋ ਤੁਹਾਡੀ ਕਾਨੂੰਨੀ ਚਾਰਾ ਜੋਈ ਕੀ ਕੀਤੀ ਆ, ਕੀ ਆਪਾਂ ਆਪਣਾ ਹਰਿਆਣੇ ਦੀ ਸਰਕਾਰ ਦੇ ਖਿਲਾਫ ਕੋਈ ਕਿਤੇ ਕੋ ਅਪੀਲ ਪਾਈ ਹੋਵੇ ਕਿਤੇ, ਕੇਂਦਰ ਆਪਣਾ ਸੁਪਰੀਮ ਕੋਰਟ 'ਚ ਕੋਈ, ਹਾਈ ਕੋਰਟ 'ਚ? ਪਹਿਲਾਂ ਤਾਂ ਜਿਹੜੀਆਂ ਮੀਟਿੰਗਾਂ ਸੀ, ਜੇ ਤੁਸੀਂ ਹੁਣ ਦਬਕੇ ਮਾਰਨ ਦੇ ਦੇਖੋ ਸਰਦਾਰ ਜੀ, ਗੱਡੀ ਖੜੀ ਕੀਤੀ ਆ, ਅਗਲੇ ਲੋਕਾਂ ਦੇ ਨੁਮਾਇੰਦੇ ਆ, ਲੋਕਾਂ ਵਾਸਤੇ ਕੋਲ ਵੋਟਾਂ ਮੰਗਣ ਆ ਰਹੇ ਆ, ਕੋਈ ਹਿਸਾਬ ਨਹੀਂ ਕਰ ਰਿਹਾ।
ਖੜਨ ਜੋਗੇ ਨੀ ਛੱਡਿਆ ਤੇ ਅੱਜ ਜਾਂਦੇ ਆ ਨਾ ਤੇ ਵੇਖੋ ਵੀ ਉਹਨਾਂ ਦਾ ਹਸ਼ਰ ਕੀਤਾ। ਜੇ ਤੁਸੀਂ ਗੱਡੀ ਖੜੀ ਕੀਤੀ ਆ ਨਾ ਇਸ ਕਰਕੇ ਖੜੀ ਕੀਤੀ ਆ ਕਿਉਂਕਿ ਤੁਹਾਨੂੰ 92 ਦਿੱਤੇ ਪੰਜਾਬ ਦੇ ਲੋਕਾਂ ਨੇ ਤੇ ਤੁਹਾਨੂੰ ਗੱਲ ਸੁਣਨੀ ਪੈਣੀ ਆ। ਅਸੀਂ ਕਹਿੰਦੇ ਐਮ ਪੀ ਦਾ ਜਿਹੜਾ ਫਰਜ਼ ਆ ਜੋ ਪਾਰਲੀਮੈਂਟ ਦੇ